चारों जने मैं मेरे नाल दे वेली ने जिहड़े असीं चले आं अज किथे चले आं आपां नैनीताल नैनीताल देखांगे उधर मतलब इत्थों घरों ते निकल आए आं हुण अगा चल के वेहने आं ते हुण आंदे ने वी हुण वेहने आं कि किथे जाणा किथे नहीं ओह हुण अगे वेखणगे आपां जावांगे आ कमाई जरा इक टायर तैनूं वहाना मैं पहाड़ां दा एरिया तूं इंज भैंज कट मारन डिया जिवें एक मिनट होर कर अगे इत्थे करके है फुल्लिया इक जगह क्या हो गया अब बता अच्छा इतनी दिक्कतों में से तुम आ कैसे गए ये तो बताओ देखो जी हेलमेट लेके नहीं आए ते हुण स्यापिया नूं पए ने उदो हेलमेट लै आउंदे तुहानूं आखे ना मैं लै आओ ओए एडी छोटी परनी नाल तुसीं फड़े जाणा जी ਇਹਦੇ ਥੱਲੇ ਜਾਂ ਤੇ ਕੋਈ ਹੋਰ ਪਾਓ ਵੱਡਾ ਜਿਹਾ ਉਹ ਡਬਲ ਕਰ ਲਿਓ ਇਹਦੇ ਉੱਤੇ ਇੱਕ ਹੋਰ ਪਾ ਲਿਓ ਠੀਕ ਹੈ ਆ ਵਿੱਚੋਂ ਮੈਂ ਟੋਪੀ ਕਿਵੇਂ ਬਣਾਈ ਵਿੱਚੋਂ ਜਾ ਯਾਰ ਜੀ ਘੱਟੋ ਘੱਟ ਨਾਨ ਵਾਲੇ ਥਾਂ ਤੇ ਅੱਪੜ ਤੇ ਜਾਓ ਰੋਵੋ ਨਿਕਰਾਂ ਨੂੰ ਇਹ ਟਾਈਮ ਤੇਰਾ ਲੱਤਾਂ ਵਿੱਚ ਜਿਵੇਂ ਕੁੜੀ ਆਵੀਆਂ ਜਿਵੇਂ ਕੁੜੀ ਡੇਢ ਸੌ ਵਾਲਾ ਚਲੀਏ ਕਿਸਕਾ ਰੇਟ ਹੈ ਥੋੜੀ ਜਿਹਾ ਵਲੌਗ ਮੇਰੇ ਹੈ ਪੰਜਾਬੀ ਦੇ ਨੇ ਅੱਧੀ ਜ਼ਿਆਦਾ ਹਿੰਦੀ ਹੋ ਜਾਂਦੀ ਵਿੱਚ ਸ਼ੁਰੂਆਤ ਹੋ ਚੁੱਕੀ ਏ ਵੀਰਿਓ ਹਲਦਵਾਨੀ ਤੋਂ ਨੈਨੀਤਾਲ ਵੱਲ ਜਾ ਰਹੇ ਹਾਂ ਜੀ ਜੰਗਲਾਂ ਦੀ ਵੀ ਬਣਾਉਣ ਡਿਆ ਜਿਵੇਂ ਕਿੱਦਾਂ ਕੋਈ ਜੰਗ ਜਿੱਤ ਕੇ ਆਇਆ ਇਹ ਵੀ ਦਾ ਮਤਲਬ ਹੁੰਦਾ ਕੀ ਪਤਾ ਹੈ ਤੈਨੂੰ ਕੋਈ ਫੋਟੋ ਖਿਚਾਉਣ ਲੱਗੇਗਾ ਉਂਗਲਾਂ ਬਹੁਤ ਖੜੀਆਂ ਕਰ ਲਏਗਾ ਥੱਲੇ ਦੇਖੋ ਉਹ ਰਾਇਲ ਇਨਫੀਲਡ ਦੀ ਅੱਛਾ ਕਾਰ ਕਦਮ ਦੀ ਇਨਫੀਲਡ ਦੀ ਅੰਸੀ ਹੌਲੀ 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 ਮੈਂ ਚਲਾਉਣਾ ਹੁਣੇ ਇੱਧਰ ਹੈ ਵੀਰੋ ਭੀਮਤਾਲ 18 ਕਿਲੋਮੀਟਰ ਅਤੇ ਆ ਗਿਆ ਜੀ ਤੁਹਾਡਾ ਭੀਮਤਾਲ ਚੱਲੇ ਹਾਂ ਅਸੀਂ ਨੈਨੀਤਾਲ ਨਹੀਂ ਚੱਲੇ ਅੱਜ ਭੀਮਤਾਲ ਅਲਮੋੜਾ ਪੰਚੇਸ਼ਵਰ ਇੱਕ ਮਿੰਟ ਇੱਥੇ ਰੋਕ ਕੇ ਵਿਊ ਚੈੱਕ ਕਰ ਲਈਏ ਲਾ ਦੀ ਇੱਕ ਮਿੰਟ ਰੁਕ ਜਾ ਖਲੋ ਜਾ ਮੇਰੇ ਵੀਰ ਮੇਰੇ ਵੀਰੇ ਉਹ ਜਦੋਂ ਇੱਥੋਂ ਆਏ ਉਹਦੇ ਤਾਂ ਵੇਖ ਜ਼ਰੂਰ ਵੇਖ ਕੇ ਚੱਲੋ ਵਿਊ ਵਾਹ 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 ਕਿਆ ਬਾਤਾਂ ਕਿਆ ਬਾਤਾਂ ਆਹ ਵੇਖੋ ਜੀ ਪੁਲ ਇਸ ਤਰ੍ਹਾਂ ਦਾ ਉੱਤੇ ਵਾਹ ਜੀ ਵਾਹ ਕੀ ਵਿਊ ਹੈ ਵਿਊ ਚੈੱਕ ਕਰੋ ਮਿੱਤਰੋ ਅਤੇ ਕੋਸ਼ਿਸ਼ ਕਰਾਂਗੇ ਅਗਲੀ ਵਾਰੀ ਕੋਈ ਵੱਡੀ ਲੈ ਕੇ ਆਵਾਂਗੇ ਕਿਉਂਕਿ ਇਸ ਵਾਰ ਸਾਨੂੰ ਬਹੁਤ ਤੰਗ ਕਰਨ ਦੇ ਸਾਡੇ ਨਾਲ ਦੇ ਬੰਦੇ ਉਹ ਉਹਨਾਂ ਕੋਲ ਦੂਜੀ KTM ਡਿਊਕ ਪਰ ਚੱਲਣ 'ਚ ਪਿਕਅਪ ਵਗੈਰਾ ਤਾਂ ਉਹਦਾ ਇੰਨਾ ਹੈ ਨਹੀਂ ਪਰ ਉਹ ਸਾਨੂੰ ਤੰਗ ਬੜਾ ਕਰਦੇ ਨੇ ਜਾਣ ਕੇ ਅੱਗੇ ਨਿਕਲ ਜਾਂਦੇ ਨੇ ਆਉਂਦੇ ਨੇ ਭਜਾਓ ਭਜਾਓ ਸਾਨੂੰ ਇਨਸਲਟ ਫੀਲ ਕਰਾ ਰਹੇ ਨੇ ਵੀਰੇ ਉਹ ਅਗਲੀ ਵਾਰੀ ਆਪਾਂ ਵੀ ਵੱਡੀ ਕੋਈ ਹਾਰਲੇ ਉਰਲੇ ਲੈ ਆਉਣੀ ਫਿਰ ਦੱਸਾਂਗੇ ਇਹਨੂੰ ਪਾਣੀ ਭਰ ਲਾ ਯਾਰ ਇੱਥੋਂ ਪੀ ਲੈਂਦੇ ਹਾਂ ਜਾਂ ਤਾਂ ਆਹ ਵੇਖੋ ਜੀ ਕੁਦਰਤੀ ਚੱਲਦਾ ਜੇ ਇਹ ਪਹਾੜੀ ਹੈ ਭਾਈ ਸਾਹਿਬ ਇਹ ਪਾਣੀ ਪਹਾੜੋ ਸਿਆਰਾ ਹੈ ਇਹ ਪੀਣੇ ਦਾ ਸ਼ੁੱਧ ਪਾਣੀ ਹੈ ਇਹ ਪਹਾੜੋ ਸਿਆਰਾ ਹੈ ਨਾ ਉੱਪਰ ਸੇ ਡਾਇਰੈਕਟ ਆ ਰਹਾ ਹੈ ਵਾਹ ਜੀ ਵਾਹ ਕਿਆ ਬਾਤ ਹੈ ਜੀ ਪੀਤੇ ਆ ਵੀ ਆ ਜਾ ਵੀ ਗੋਲੂ ਬਾਦਸ਼ਾਹ ਪਾਣੀ ਪੀਏ ਬੋਤਲ ਤੇਰੇ ਬੈਗ ਚ ਤੇਰੇ ਤੇਰੇ ਭਰ ਲਾ ਚੱਲ ਭਰ ਲਾ ਅਗਾਂਹ ਕੰਮ ਆਏਗੀ ਛੋਟੇ ਛੋਟੇ ਸ਼ਹਿਰ ਆਉਂਦੇ ਨੇ ਵੇਚਣਾ ਪਹਾੜੀ ਰਾਹ 'ਤੇ ਕਿਹਾ ਬੱਸ ਸਟੋਪ ਨਾਲ ਜਾਂਦੀ ਕਿਉਂਕਿ ਨਾ ਇੱਕ ਕਦੀ ਕਦੀ ਆਉਂਦੇ ਨੇ ਜਿਹੜੇ ਲੋਕ ਉਹਨਾਂ ਦਾ ਅਤੇ ਡੇਲੀ ਬੇਸ ਵਾਲਿਆਂ ਦਾ ਬਹੁਤ ਫਰਕ ਹੁੰਦਾ ਜੀ
अपने पासे चली चलो अपने इस तरह ना जेड़े इथों दे लोग ने अपनी साइड आराम नाल चलते रहिंदे ने हौली हौली हुण साडे वालियां नूं वेख ना सीधा ना पुठा पता ही नहीं कित्थे पहुंचे पए ने यार घट्टो घट तुसीं यार वधिया तरह चलो जे तुसीं पहाड़ ते आए उहनूं इंजॉय करो ਇਹ ਥੋੜ੍ਹੀ ਜਿਹੀ ਕੰਪੀਟੀਸ਼ਨ ਕਰਨ ਦਾ ਇਹੋ ਜੀ ਮੈਂ ਅੱਗੇ ਨਿਕਲ ਗਿਆ ਮੈਂ ਪਿੱਛੇ ਨਿਕਲ ਗਿਆ 10,000 ਸਾਈਕਲ 'ਤੇ ਜਿਹੜਾ ਸਵਾਦ ਹੈ ਨਾ ਪਹਾੜੀ ਦਾ ਉਹ ਗੱਡੀ 'ਤੇ ਨਹੀਂ ਹੈਗਾ ਆਹ ਵੇਖੋ ਜੀ ਇਹਨੂੰ ਪੈ ਗਿਆ ਲੋਡ ਮਾਰਦਾ ਧੂੰਆਂ ਦੇਖੋ ਤੂੰ ਆਪਣਾ ਧੂੰਆਂ ਨਾ ਮਰਾ ਲਈ ਕਿਤੇ ਗਲਤ ਲੈ ਗਿਆ ਹੁਣ ਦੂਸਰੇ ਪਾਸੇ ਹੁਣੇ 'ਤੇ ਆਪਾਂ ਲੋਕਾਂ ਨੂੰ ਦੱਸ ਰਹੇ ਸਾਂ ਵੇਖ 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 ਆਪਾਂ ਇੱਕ ਮਿੰਟ ਪਹਿਲਾਂ ਲੋਕਾਂ ਨੂੰ ਸਲਾਮਾਂ ਦੇਣ ਦੇ ਸਾਂ ਸਿੱਖਿਆ ਦੇਣ ਦੇ ਸਾਂ ਕਿ ਬਈ ਵੀਰੋ ਆਪਣੇ ਆਪਣੇ ਪਾਸੇ ਚੱਲਦੇ ਰਹੋ ਪਹਾੜ 'ਤੇ ਚੱਲਣਾ ਕੋਈ ਔਖਾ ਨਹੀਂ ਅਤੇ ਹੁਣ ਅਸੀਂ ਉੱਤੋਂ ਦੀ ਓਵਰਟੇਕ ਕਰ ਦੇਣ ਲੱਗੇ ਸਾਂ ਵੇਖੋ ਦਿਮਾਗ ਦੇਖੋ ਕਹਿਣ ਦੀਆਂ ਗੱਲਾਂ ਇੱਥੇ ਨੇ ਕਿ ਸਾਡੇ ਪਲੇਨ ਦਾ ਅਤੇ ਪਹਾੜੀ ਡਰਾਈਵਰਾਂ ਦਾ ਆਹੀ ਫਰਕ ਹੈ ਹੈ ਚਲੋ ਕੋਈ ਗੱਲ ਨਹੀਂ ਆਉਂਦੇ ਨੇ ਨਾ ਦੱਸ ਦੇ ਨਾਲ ਪ੍ਰੈਕਟੀਕਲ ਹੋ ਗਿਆ ਇਹ ਸਹੀ ਹੋ ਗਿਆ ਸਗੋਂ कृपया धीरे चले जगह जगह लाल पहाड़ी more